अज की इस वीडियो में मैं तुम्हें दसूंगा जी सन 2021 सब तो ज़्यादा औखी नागरिकता देने वाले 10 देश कौन से सिटीजनशिप यानी कि अपने देश को छोड़ के किसी होर देश के पक्के तौर पर बस जाना उतों के सिटीजन की तरह तुम्हें हर एक सहूलत मिले इस सिटीजनशिप यानी कि नागरिकता कहते हैं। बहुत सारे देश अज के टाइम बहुत जल्दी सिटीजनशिप या फिर PR यानी कि परमानेंट रेजीडेंस दे देंगे ने। यह देश पहला PR देंगे ने फिर उस तो कुछ सालों बाद सिटीजनशिप दे देंगे ने उस देश के कानून और रूलों के हिसाब के नाल। रिपोर्ट्स के अनुसार इंडियन सब तो ज्यादा सिटीजनशिप देने वाले जो देश ने वो ने UK कनेडा ऑस्ट्रेलिया ते अमरीका आदि। पर आज की इस वीडियो में मैं तुम्हें दुनिया के 10 अजिहे देशों बारे दसूंगा जिहड़े किसी भी हालत दे विच किसी दूजे देश के नागरिक नूं अपने देश की सिटीजनशिप नहीं दिंदे। सो जुड़े रहो मेरे नाल, मैं हां तुहाडा होस्ट जसप्रीत सिंह ते तुसीं देख रहे हो जोड़ TV। नंबर 10 ते इस लिस्ट दे विच नाम आउंदा है जी भूटान दा। इह इक कमाल दा साउथ एशिया दे विच वसिया होया देश है। इंडियन तां जदों भी चाहुण इत्थे बिना वीजा घुम्मण जा सकदे ने क्योंकि इस दे इंडिया दे नाल रिश्ते बहुत वधिया ने। पर दुनिया दे अलग-अलग देशां दे लोकां नूं भूटान दे विच घुम्मण आउण लई टूरिस्ट वीजा भी बहुत औखा मिलदा है। इह तां आपां गल कर रहे सी टूरिस्ट वीजा दी। जेकर आपां भूटान दी सिटीजन लैणी होवे तां इह इक बहुत ज्यादा औखा कम है। जेकर तुसीं सोच रहे हो कि तुसीं भूटान दे विच विआह करवा के उत्थों दी सिटीजन लै सकदे हो तां अजिहा बिल्कुल भी नहीं होण वाला। जेकर कोई सोचे कि उहनां दे तो बाद जिहड़ा बच्चा होवेगा उसनूं तां भूटान दी सिटीजन मिल जाएगी तां अजिहा भी इत्थे बिल्कुल नहीं हुंदा। इत्थे उही बच्चे नूं सिटीजनशिप मिलदी है जिस दे मां बाप दोनों जने भूटान दे वसनीक होण। नंबर 9 ते दुनिया दे विच सब तो ज्यादा औखी नागरिकता देने वाले देशों दे विच आउंदा है जी यूनाइटेड अरब एमीरेट्स जाने के UAE साडी लिस्ट दे विच आ चुका है। दुबई का असली नाम ही UAE है। UAE दुनिया के बहुत ज्यादा विकसित देशों दे विचों एक मनिया जाता है। अज दे दिन जिन्हें भी लोग UAE दे विच काम करते हैं उन्हां दे विचों 41% लोग तो इंडियन ही हैं। पूरे UAE ਦੇ ਵਿੱਚ ਅੱਜ ਦੇ ਦਿਨ ਜਿੰਨੇ ਲੋਕ ਵਸੇ ਹੋਏ ਨੇ ਉਹਨਾਂ ਦੇ ਵਿੱਚੋਂ ਸਿਰਫ 15% ਹੀ UAE ਦੇ ਮੂਲ ਨਿਵਾਸੀ ਨੇ। ਬਾਕੀ ਦੇ ਲੋਕ ਤਾਂ ਇੱਥੇ ਕੰਮ ਕਰਨ ਦੇ ਲਈ ਇੰਡੀਆ, ਪਾਕਿਸਤਾਨ ਅਤੇ ਬੰਗਲਾਦੇਸ਼ ਜਿਹੇ ਦੇਸ਼ਾਂ ਦੇ ਵਿੱਚੋਂ ਹੀ ਗਏ ਨੇ। ਇਸ ਤੋਂ ਇਲਾਵਾ ਅਮਰੀਕਾ ਤੇ ਯੂਰਪ ਦੇ ਵਿੱਚੋਂ ਵੀ ਬਹੁਤ ਜ਼ਿਆਦਾ ਲੋਕ UAE ਦੇ ਵਿੱਚ ਰਹਿੰਦੇ ਨੇ। ਤੁਸੀਂ UAE ਦੇ ਵਿੱਚ ਚਾਹੇ 50 ਸਾਲ ਰਹਿੰਦੇ ਹੋ ਚਾਹੇ 60 ਸਾਲ ਰਹਿੰਦੇ ਹੋ ਤਾਂ ਵੀ ਤੁਹਾਨੂੰ UAE ਦੀ ਸਿਟੀਜਨਸ਼ਿਪ ਨਹੀਂ ਮਿਲੇਗੀ। ਇੱਥੇ ਕਾਨੂੰਨ ਇੰਨੇ ਜ਼ਿਆਦਾ ਸਖਤ ਨੇ ਜੇਕਰ ਕੋਈ ਲੜਕਾ UAE ਦੀ ਲੜਕੀ ਦੇ ਨਾਲ ਵਿਆਹ ਵੀ ਕਰਵਾਉਂਦਾ ਹੈ ਤਾਂ ਵੀ ਉਸਨੂੰ UAE ਦੀ ਸਿਟੀਜਨਸ਼ਿਪ ਨਹੀਂ ਮਿਲਦੀ ਕਿਉਂਕਿ UAE ਬਿਲਕੁਲ ਵੀ ਨਹੀਂ ਚਾਹੁੰਦਾ ਕੋਈ ਬਾਹਰੀ ਇਨਸਾਨ ਉਹਨਾਂ ਦੇ ਦੇਸ਼ ਵਿੱਚ ਆ ਕੇ ਉੱਥੋਂ ਦਾ ਪੱਕਾ ਨਿਵਾਸੀ ਬਣੇ। ਅੱਜ ਦੇ ਦਿਨ UAE ਦੀ ਸਿਟੀਜਨਸ਼ਿਪ ਨੂੰ ਹਾਸਲ ਕਰਨਾ ਬਹੁਤ ਮੁਸ਼ਕਲ ਮੰਨਿਆ ਜਾਂਦਾ ਹੈ। ਦੁਨੀਆ ਦੇ ਵਿੱਚ ਔਖੀ ਨਾਗਰਿਕਤਾ ਦੇਣ ਵਾਲੇ ਦੇਸ਼ਾਂ ਦੇ ਵਿੱਚ ਨੰਬਰ 8 ਤੇ ਜਿਹੜਾ ਦੇਸ਼ ਆਉਂਦਾ ਹੈ ਉਹ ਦੇਸ਼ ਹੈ ਜੀ ਸੈਨ ਮਰੀਨੋ। ਇਹ ਯੂਰਪ ਦਾ ਬਹੁਤ ਛੋਟਾ ਜਿਹਾ ਦੇਸ਼ ਹੈ। ਪੂਰੀ ਦੁਨੀਆ ਦੇ ਵਿੱਚ ਸਭ ਤੋਂ ਛੋਟੇ ਦੇਸ਼ਾਂ ਦੀ ਲਿਸਟ ਦੇ ਵਿੱਚ ਇਸ ਦਾ ਨੰਬਰ 5ਵਾਂ ਹੈ। ਜੇਕਰ ਇੱਥੋਂ ਦੀ ਆਬਾਦੀ ਦੀ ਗੱਲ ਕਰੀਏ ਤਾਂ ਇੱਥੋਂ ਦੀ ਆਬਾਦੀ ਸਿਰਫ 33,000 ਹੈ। ਇਸ ਦੇਸ਼ ਦਾ ਰਕਬਾ ਹੀ ਇੰਨਾ ਥੋੜਾ ਹੈ ਤੇ ਆਬਾਦੀ ਇੰਨੀ ਜ਼ਿਆਦਾ ਘੱਟ ਹੈ ਤਾਂ ਫਿਰ ਇਹ ਕਿਉਂ ਕਿਸੇ ਹੋਰ ਦੇਸ਼ ਦੇ ਨਿਵਾਸੀ ਨੂੰ ਆਪਣੇ ਦੇਸ਼ ਦੀ ਸਿਟੀਜਨਸ਼ਿਪ ਦੇਵੇਗਾ। ਇਹ ਦੇਸ਼ 61.2 ਸਕੁਅਰ ਕਿਲੋਮੀਟਰ ਦੇ ਏਰੀਆ ਦੇ ਵਿੱਚ ਫੈਲਿਆ ਹੋਇਆ ਹੈ। ਇੱਥੇ ਕੋਈ ਵੀ ਚਾਂਸ ਨਹੀਂ ਬਣਦਾ ਕਿ ਇਹ ਦੇਸ਼ ਕਿਸੇ ਹੋਰ ਦੇਸ਼ ਦੇ ਨਿਵਾਸੀ ਨੂੰ ਆਪਣੇ ਦੇਸ਼ ਦੀ ਸਿਟੀਜਨਸ਼ਿਪ ਯਾਨੀ ਕਿ ਨਾਗਰਿਕਤਾ ਦੇ ਦੇਵੇਗਾ। ਹਾਲਾਂਕਿ ਕਾਨੂੰਨ ਦੇ ਮੁਤਾਬਕ ਇੱਥੇ ਤੁਹਾਨੂੰ 30 ਸਾਲ ਰਹਿਣਾ ਪਵੇਗਾ ਤੇ ਫਿਰ ਤੁਹਾਨੂੰ ਇੱਥੋਂ ਦੀ ਸਿਟੀਜਨਸ਼ਿਪ ਮਿਲ ਜਾਵੇਗੀ। ਪਰ ਜੇਕਰ ਤੁਸੀਂ ਇੱਥੇ ਵਿਆਹ ਕਰਵਾਉਂਦੇ ਹੋ ਤਾਂ ਇਹ ਸਿਟੀਜਨਸ਼ਿਪ ਤੁਹਾਨੂੰ 15 ਸਾਲਾਂ ਦੇ ਵਿੱਚ ਮਿਲ ਜਾਵੇਗੀ। ਪਰ ਇਹ ਵੀ ਬਹੁਤ ਜ਼ਿਆਦਾ ਲੰਬਾ ਟਾਈਮ ਹੈ ਤੇ ਇੱਥੇ ਕੁੜੀਆਂ ਦੀ ਆਬਾਦੀ ਵੀ ਬਹੁਤ ਘੱਟ ਹੈ। ਇਸ ਲਈ ਦੁਨੀਆ ਦੀ ਹਾਰਡ ਕੰਟਰੀ ਹੈ ਸਿਟੀਜਨਸ਼ਿਪ ਲੈਣ ਲਈ। ਇਸ ਲਿਸਟ ਦੇ ਵਿੱਚ ਨੰਬਰ 7 ਤੇ ਜਿਹੜਾ ਦੇਸ਼ ਆਉਂਦਾ ਹੈ ਉਹ ਹੈ ਜੀ ਚਾਈਨਾ। ਚਾਈਨਾ ਦੇ ਲੋਕ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵਸ ਕੇ ਉੱਥੋਂ ਦੇ ਪੱਕੇ ਵਸਨੀਕ ਯਾਨੀ ਕਿ ਸਿਟੀਜਨ ਹੋ ਚੁੱਕੇ ਨੇ। ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK ਤੇ ਯੂਰਪ ਦੇ ਦੇਸ਼ਾਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਚਾਈਨੀਜ਼ ਲੋਕ ਉੱਥੋਂ ਦੇ ਪੱਕੇ ਨਾਗਰਿਕ ਬਣ ਚੁੱਕੇ ਨੇ। ਪਰ ਅਜਿਹਾ ਬਹੁਤ ਹੀ ਘੱਟ ਯਾਨੀ ਕਿ ਬਹੁਤ ਰੇਅਰ ਚਾਂਸ ਹੋਏਗਾ ਕਿ ਕਿਸੇ ਬਾਹਰਲੇ ਦੇਸ਼ ਦਾ ਨਾਗਰਿਕ ਚਾਈਨਾ ਦੇ ਵਿੱਚ ਸਿਟੀਜਨਸ਼ਿਪ ਲੈ ਸਕੇ। ਪਰ ਜ਼ਿਆਦਾਤਰ ਦੇਸ਼ਾਂ ਦੇ ਲੋਕ ਇੱਥੇ ਵਸਣ ਤੋਂ ਕੰਨੀ ਹੀ ਕਤਰਾਉਂਦੇ ਨੇ ਕਿਉਂਕਿ ਇੱਥੇ ਪੋਲੂਸ਼ਨ ਤੇ ਆਬਾਦੀ ਬਹੁਤ ਜ਼ਿਆਦਾ ਹੈ। ਹਾਲਾਂਕਿ ਪੂਰੀ ਦੁਨੀਆ ਤੋਂ ਲੱਖਾਂ ਹੀ ਲੋਕ ਇੱਥੇ ਵਰਕ ਪਰਮਿਟ ਤੇ ਕੰਮ ਕਰਦੇ ਨੇ ਪਰ ਉਹ ਕਿਸੇ ਵੀ ਹਾਲਤ ਦੇ ਵਿੱਚ ਚਾਈਨਾ ਦੀ ਸਿਟੀਜਨਸ਼ਿਪ ਅਪਲਾਈ ਨਹੀਂ ਕਰ ਸਕਦੇ ਤੇ ਨਾ ਹੀ ਉਹ ਇੱਥੋਂ ਦੀ PR ਲੈ ਸਕਦੇ ਨੇ ਕਿਉਂਕਿ ਚਾਈਨੀ ਸਰਕਾਰ ਜਾਣਦੀ ਹੈ ਕਿ ਉਹਨਾਂ ਦੇ ਦੇਸ਼ ਦੀ ਆਬਾਦੀ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਤਾਂ ਉਹ ਫਿਰ ਕਿਉਂ ਕਿਸੇ ਹੋਰ ਦੇਸ਼ ਦੇ ਵਸਨੀਕ ਨੂੰ ਆਪਣੇ ਦੇਸ਼ ਦੀ ਸਿਟੀਜਨਸ਼ਿਪ ਦੇਣ। ਇਸ ਲਿਸਟ ਦੇ ਵਿੱਚ ਨੰਬਰ 6 ਤੇ ਆਉਂਦਾ ਹੈ ਸਾਊਦੀ ਅਰਬ। ਮਿਡਲ ਈਸਟ ਦਾ ਇੱਕ ਦੇਸ਼ UAE ਪਹਿਲਾਂ ਹੀ ਸਾਡੀ ਲਿਸਟ ਦੇ ਵਿੱਚ ਆ ਚੁੱਕਿਆ ਹੈ। ਇਹ ਮੁਸਲਮ ਦੇਸ਼ ਕਿਸੇ ਵੀ ਇਨਸਾਨ ਨੂੰ ਸਿਟੀਜਨ ਦੇ ਵੀ ਦੇਵੇ ਤਾਂ ਉਸ ਦਾ ਪਹਿਲੀ ਕੰਡੀਸ਼ਨ ਇਹੀ ਹੈ ਕਿ ਸਾਹਮਣੇ ਵਾਲਾ ਇਨਸਾਨ ਮੁਸਲਮ ਹੋਣਾ ਚਾਹੀਦਾ ਹੈ। ਪਰ ਹਕੀਕਤ ਇਹ ਹੈ ਕਿ ਇਹ ਦੇਸ਼ ਕਿਸੇ ਨੂੰ ਵੀ ਸਿਟੀਜਨਸ਼ਿਪ ਨਹੀਂ ਦਿੰਦਾ। ਇੱਥੋਂ ਦੀਆਂ ਤਾਜ਼ਾ ਰਿਪੋਰਟਾਂ ਦੇ ਅਨੁਸਾਰ ਜੇਕਰ ਤੁਸੀਂ 15 ਤੋਂ 20 ਸਾਲ ਸਾਊਦੀ ਅਰਬ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਸਿਟੀਜਨਸ਼ਿਪ ਮਿਲ ਜਾਵੇਗੀ। ਪਰ ਇਹ ਬਹੁਤ ਯਾਨੀ ਕਿ ਬਹੁਤ ਜ਼ਿਆਦਾ ਔਖਾ ਹੈ। ਇੱਥੇ ਜੇਕਰ 1000 ਲੋਕ ਸਿਟੀਜਨਸ਼ਿਪ ਲਈ ਅਪਲਾਈ ਕਰਦੇ ਨੇ ਤਾਂ ਉਹਨਾਂ ਦੇ ਵਿੱਚੋਂ ਸਿਰਫ 1 ਜਾਂ 2 ਲੋਕਾਂ ਨੂੰ ਹੀ ਇੱਥੋਂ ਦੀ ਸਿਟੀਜਨਸ਼ਿਪ ਦਿੱਤੀ ਜਾਂਦੀ ਹੈ। ਪਰ ਸਾਊਦੀ ਅਰਬ ਦੇ ਵਿੱਚ ਇੰਨਾ ਲੰਮਾ ਟਾਈਮ ਬਹੁਤ ਘੱਟ ਲੋਕ ਰਹਿੰਦੇ ਨੇ। ਹਾਲਾਂਕਿ UAE ਦੇ ਵਿੱਚ ਲੋਕ ਇੰਨਾ ਲੰਮਾ ਸਮਾਂ ਰਹਿ ਲੈਂਦੇ ਨੇ ਪਰ ਸਾਊਦੀ ਅਰਬ ਦੇ ਨਿਯਮ ਤੇ ਕਾਨੂੰਨ ਇੰਨੇ ਜ਼ਿਆਦਾ ਸਖਤ ਹੋਣ ਕਰਕੇ ਲੋਕ ਜ਼ਿਆਦਾ ਲੰਮਾ ਸਮਾਂ ਇੱਥੇ ਨਹੀਂ ਰਹਿੰਦੇ। ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਔਖੇ ਨਾਗਰਿਕਤਾ ਦੇਣ ਵਾਲੇ ਦੇਸ਼ਾਂ ਦੇ ਵਿੱਚ ਨੰਬਰ 5 ਤੇ ਦੇਸ਼ ਆਉਂਦਾ ਹੈ ਜੀ ਅੰਡੋਰਾ। ਅੰਡੋਰਾ ਇੱਕ ਯੂਰਪੀਅਨ ਕੰਟਰੀ ਹੈ ਜਿਸ ਦੀ ਆਬਾਦੀ ਸਿਰਫ 78,000 ਹੈ। ਇਹ ਦੇਸ਼ ਫੈਲੇ
ਵੰਡਿਆ ਹੋਇਆ ਹੈ ਜੀ ਟੋਟਲ 468 ਸਕੁਅਰ ਕਿਲੋਮੀਟਰ ਦੇ ਏਰੀਆ ਦੇ ਵਿੱਚ ਇਸ ਦੇਸ਼ ਦਾ ਆਪਣਾ ਹੀ ਏਰੀਆ ਇੰਨਾ ਜ਼ਿਆਦਾ ਘੱਟ ਹੈ ਤਾਂ ਇਹ ਹੋਰ ਕਿਸੇ ਦੇਸ਼ ਦੇ ਨਾਗਰਿਕ ਨੂੰ ਆਪਣੇ ਦੇਸ਼ ਦੀ ਸਿਟੀਜ਼ਨਸ਼ਿਪ ਕਿਉਂ ਦੇਵੇਗਾ ਇੱਥੇ ਨੌਕਰੀਆਂ ਬਹੁਤ ਘੱਟ ਨੇ ਇਹੀ ਕਾਰਨ ਕਰਕੇ ਦੂਜੇ ਦੇਸ਼ਾਂ ਦੇ ਲੋਕ ਇੱਥੋਂ ਦੀ ਸਿਟੀਜ਼ਨਸ਼ਿਪ ਲੈਣਾ ਵੀ ਨਹੀਂ ਚਾਹੁੰਦੇ ਜੇਕਰ ਫਿਰ ਵੀ ਕੋਈ ਅੰਡੋਰਾ ਦੀ ਸਿਟੀਜ਼ਨਸ਼ਿਪ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਘੱਟੋ ਘੱਟ ਇਸ ਦੇਸ਼ ਦੇ ਵਿੱਚ 20 ਸਾਲ ਰਹਿਣਾ ਪਵੇਗਾ ਜੇਕਰ ਤੁਸੀਂ ਇੱਥੇ ਲਗਾਤਾਰ ਸਟੱਡੀ ਅਤੇ ਜੌਬ ਕਰਦੇ ਹੋ ਤਾਂ ਫਿਰ ਤੁਹਾਨੂੰ ਇੱਥੋਂ ਦੀ ਸਿਟੀਜ਼ਨ 10 ਸਾਲ ਦੇ ਵਿੱਚ ਮਿਲ ਜਾਵੇਗੀ ਪਰ ਅਜਿਹਾ ਇੱਥੇ ਬਹੁਤ ਘੱਟ ਹੁੰਦਾ ਹੈ ਕਿ ਲੋਕ ਇੱਥੇ ਲਗਾਤਾਰ ਇੰਨਾ ਟਾਈਮ ਰਹਿਣ ਤੇ ਪੜ੍ਹਨ ਇਹੀ ਕਾਰਨਾਂ ਕਰਕੇ ਅੰਡੋਰਾ ਦੀ ਸਿਟੀਜ਼ਨਸ਼ਿਪ ਕਾਫੀ ਔਖੀ ਮਿਲਦੀ ਹੈ ਇਸ ਲਿਸਟ ਦੇ ਵਿੱਚ ਨੰਬਰ 4 ਤੇ ਆਉਂਦਾ ਹੈ ਜੀ ਐਕਵਾਡੋਰ ਗਿਨੀ ਇਹ ਦੇਸ਼ ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗਦਾ ਹੈ ਪਰ ਇਸ ਦੀ ਹਾਲਤ ਬਹੁਤ ਖਰਾਬ ਹੈ ਇਸ ਦੇਸ਼ ਦੀ ਸਿਟੀਜ਼ਨਸ਼ਿਪ ਲੈਣੀ ਬਹੁਤ ਔਖੀ ਹੈ ਕਿਉਂਕਿ ਇਸ ਦੇ ਲਈ ਤੁਹਾਨੂੰ ਐਕਵਾਡੋਰ ਦੇ ਵਿੱਚ ਆਪਣੀ ਜ਼ਿੰਦਗੀ ਦੇ 40 ਸਾਲ ਗੁਜ਼ਾਰਨੇ ਪੈਣਗੇ ਸਿਟੀਜ਼ਨਸ਼ਿਪ ਲੈਣ ਲਈ ਘੁੰਮਣ ਫਿਰਨ ਲਈ ਤਾਂ ਇਹ ਦੇਸ਼ ਬਹੁਤ ਵਧੀਆ ਹੈ ਪਰ ਤੁਸੀਂ ਇੱਥੇ 40 ਸਾਲ ਉਦੋਂ ਹੀ ਰੁਕ ਸਕਦੇ ਹੋ ਜਦੋਂ ਤੁਹਾਡੇ ਕੋਲ ਕੋਈ ਬਹੁਤ ਵਧੀਆ ਜੌਬ ਹੋਵੇਗੀ ਪਰ ਇਸ ਦੇਸ਼ ਦੇ ਵਿੱਚ ਨੌਕਰੀਆਂ ਵੀ ਘੱਟ ਨੇ ਤੇ ਕਮਾਈ ਵੀ ਬਹੁਤ ਥੋੜੀ ਹੈ ਇਸ ਕਰਕੇ ਇਹ ਦੇਸ਼ ਸਾਡੀ ਲਿਸਟ ਦੇ ਵਿੱਚ ਨੰਬਰ 4 ਤੇ ਉੱਤੇ ਆਉਂਦਾ ਹੈ ਸਭ ਤੋਂ ਜ਼ਿਆਦਾ ਔਖੀ ਨਾਗਰਿਕਤਾ ਦੇਣ ਵਾਲੇ ਦੇਸ਼ਾਂ ਵਿੱਚ ਨੰਬਰ 3 ਤੇ ਜਿਹੜਾ ਦੇਸ਼ ਆਉਂਦਾ ਹੈ ਜੀ ਉਹ ਦੇਸ਼ ਹੈ ਪਲਾਊ ਜੇਕਰ ਤੁਸੀਂ ਇਸ ਦੇਸ਼ ਦੇ ਬਾਰੇ ਨਹੀਂ ਜਾਣਦੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਇੱਕ ਛੋਟਾ ਜਿਹਾ ਦੇਸ਼ ਹੈ ਜੋ ਓਸ਼ੀਅਨ ਦੇ ਵਿੱਚ ਵਸਿਆ ਹੋਇਆ ਹੈ ਇਸ ਦੇਸ਼ ਦੇ ਵਿੱਚ ਤੁਹਾਨੂੰ ਬਹੁਤ ਸਾਫ਼ ਪਾਣੀ ਦੇਖਣ ਨੂੰ ਮਿਲੇਗਾ ਇਸ ਦੇਸ਼ ਦੀ ਆਬਾਦੀ ਸਿਰਫ 18,000 ਹੈ ਤੇ ਪੂਰਾ ਦੇਸ਼ ਫੈਲਿਆ ਹੋਇਆ ਹੈ 459 ਸਕੁਅਰ ਕਿਲੋਮੀਟਰ ਦੇ ਏਰੀਆ ਵਿੱਚ ਇੰਨੇ ਛੋਟੇ ਜਿਹੇ ਦੇਸ਼ ਦੇ ਵਿੱਚ ਨੌਕਰੀਆਂ ਦੀ ਕਮੀ ਤਾਂ ਹੋਵੇਗੀ ਹੀ ਇਸ ਲਈ ਲੋਕ ਇੱਥੇ ਘੁੰਮਣਾ ਫਿਰਨਾ ਪਸੰਦ ਕਰਦੇ ਨੇ ਇੱਥੇ ਵਸਣਾ ਨਹੀਂ ਵੈਸੇ ਵੀ ਇਹ ਦੇਸ਼ ਕਿਸੇ ਬਾਹਰੀ ਨਾਗਰਿਕ ਨੂੰ ਆਪਣੇ ਦੇਸ਼ ਦੀ ਸਿਟੀਜ਼ਨ ਦਾ ਕੋਈ ਰਾਸਤਾ ਹੀ ਨਹੀਂ ਦਿੰਦਾ ਜਿਸ ਕਰਕੇ ਤੁਸੀਂ ਇਸ ਦੇਸ਼ ਦੇ ਵਿੱਚ ਪੱਕੇ ਤੌਰ ਤੇ ਵਸ ਸਕੋ ਇੱਥੇ ਵਿਆਹ ਕਰਾਉਣ ਦੇ ਚਾਂਸ ਵੀ ਬਹੁਤ ਘੱਟ ਨੇ ਕਿਉਂਕਿ ਇੱਥੋਂ ਦੀ ਆਬਾਦੀ ਇੰਨੀ ਜ਼ਿਆਦਾ ਘੱਟ ਹੋਣ ਕਰਕੇ ਕੁੜੀਆਂ ਦੀ ਕਮੀ ਤਾਂ ਹੋਵੇਗੀ ਹੀ ਇਸ ਲਿਸਟ ਦੇ ਵਿੱਚ ਨੰਬਰ 2 ਤੇ ਦੇਸ਼ ਆਉਂਦਾ ਹੈ ਜੀ ਨਾਰਥ ਕੋਰੀਆ ਨਾਰਥ ਕੋਰੀਆ ਦੇ ਵਿੱਚ ਤਾਂ ਵੈਸੇ ਵੀ ਕੋਈ ਸਿਟੀਜ਼ਨਸ਼ਿਪ ਨਹੀਂ ਲੈਣੀ ਚਾਹੁੰਦਾ ਕਿਉਂਕਿ ਉੱਥੇ ਤਾਨਾਸ਼ਾ ਕਿੰਗ ਜੋਂਗ ਦਾ ਰਾਜ ਹੈ ਪਰ ਫਿਰ ਵੀ ਰਿਪੋਰਟਾਂ ਦੇ ਅਨੁਸਾਰ ਇਹ ਦੁਨੀਆ ਦਾ ਸਭ ਤੋਂ ਜ਼ਿਆਦਾ ਔਖਾ ਸਿਟੀਜ਼ਨਸ਼ਿਪ ਦੇਣ ਵਾਲਾ ਦੇਸ਼ ਹੈ ਨਾਰਥ ਕੋਰੀਆ ਤੁਹਾਨੂੰ ਕੋਈ ਵੀ ਮੌਕਾ ਨਹੀਂ ਦੇਵੇਗਾ ਉੱਥੋਂ ਦੀ ਸਿਟੀਜ਼ਨਸ਼ਿਪ ਹਾਸਲ ਕਰਨ ਦਾ ਇੱਥੇ ਜੌਬ ਓਪਰਚੁਨਿਟੀ ਬਿਲਕੁਲ ਜ਼ੀਰੋ ਹੈ ਇੱਥੇ ਦਾ ਲੋਕ ਘੁੰਮਣ ਜਾਣਾ ਵੀ ਪਸੰਦ ਨਹੀਂ ਕਰਦੇ ਤਾਂ ਫਿਰ ਇੱਥੇ ਪੱਕੇ ਤੌਰ ਤੇ ਕੌਣ ਰਹਿਣਾ ਚਾਹੇਗਾ ਨੰਬਰ 1 ਤੇ ਸਭ ਤੋਂ ਜ਼ਿਆਦਾ ਔਖੀ ਸਿਟੀਜ਼ਨਸ਼ਿਪ ਦੇਣ ਵਾਲੇ ਦੇਸ਼ਾਂ ਦੇ ਵਿੱਚ ਜਿਸ ਦਾ ਨਾਮ ਆਉਂਦਾ ਹੈ ਉਹ ਦੇਸ਼ ਹੈ ਜੀ ਵੈਟੀਕਨ ਸਿਟੀ ਇਸ ਦੇਸ਼ ਨੂੰ ਤਾਂ ਟੌਪ ਦੇ ਉੱਪਰ ਹੋਣਾ ਹੀ ਚਾਹੀਦਾ ਸੀ ਕਿਉਂਕਿ ਅੱਜ ਦੇ ਦਿਨ ਇਸ ਦੇਸ਼ ਦੀ ਆਬਾਦੀ ਸਿਰਫ 825 ਹੈ ਇਹ ਦੇਸ਼ ਖੁਦ ਕਿਸੇ ਹੋਰ ਦੇਸ਼ ਦੇ ਅੰਦਰ ਵਸਿਆ ਹੋਇਆ ਹੈ ਇਹ ਦੇਸ਼ ਵਸਿਆ ਹੋਇਆ ਹੈ ਜੀ ਇਟਲੀ ਦੇ ਰੋਮ ਸ਼ਹਿਰ ਦੇ ਅੰਦਰ ਇਹ ਬਹੁਤ ਛੋਟਾ ਜਿਹਾ ਦੇਸ਼ ਹੈ ਅੱਜ ਦੇ ਦਿਨ ਪੋਪ ਫ੍ਰਾਂਸਿਸ ਵੀ ਇੱਥੇ ਹੀ ਰਹਿੰਦੇ ਨੇ ਇਹ ਉਹਨਾਂ ਦਾ ਖਾਸ ਨਿਵਾਸ ਹੈ ਕ੍ਰਿਸਚੀਅਨ ਧਰਮ ਦੇ ਲੋਕਾਂ ਦੇ ਲਈ ਇਹ ਦੇਸ਼ ਬਹੁਤ ਜ਼ਿਆਦਾ ਖਾਸ ਮੰਨਿਆ ਜਾਂਦਾ ਹੈ ਹਾਲਾਂਕਿ ਇੱਥੇ ਵਸਣ ਦਾ ਕੋਈ ਵੀ ਰਾਹ ਨਹੀਂ ਹੈ ਕਿਉਂਕਿ ਇਹ ਦੇਸ਼ ਬਣਾਇਆ ਹੀ ਕ੍ਰਿਸਚੀਅਨਾਂ ਦੀ ਧਾਰਮਿਕਤਾ ਦੇ ਲਈ ਹੈ ਤੇ ਇਹ ਦੇਸ਼ ਫੈਲਿਆ ਹੈ ਜੀ ਸਿਰਫ 0.49 ਸਕੁਅਰ ਕਿਲੋਮੀਟਰ ਦੇ ਏਰੀਏ ਵਿੱਚ ਯਾਨੀ ਕਿ ਪੂਰਾ ਦੇਸ਼ ਸਿਰਫ ਅੱਧੇ ਕਿਲੋਮੀਟਰ ਦੇ ਵਿੱਚ ਹੀ ਫੈਲਿਆ ਹੋਇਆ ਹੈ ਇੱਥੇ ਤੁਹਾਨੂੰ ਕੋਈ ਜੌਬ ਇੰਡਸਟਰੀ ਜਾਂ ਕੋਈ ਬਿਜ਼ਨਸ ਦੇਖਣ ਨੂੰ ਨਹੀਂ ਮਿਲੇਗਾ ਇਹ ਦੇਸ਼ ਸਿਰਫ ਤੇ ਸਿਰਫ ਧਰਮ ਦੇ ਲਈ ਹੀ ਬਣਾਇਆ ਗਿਆ ਹੈ ਅੱਜ ਦੇ ਦਿਨ ਇਸ ਨੂੰ ਪੂਰੀ ਦੁਨੀਆ ਦਾ ਸਭ ਤੋਂ ਜ਼ਿਆਦਾ ਔਖੀ ਸਿਟੀਜ਼ਨਸ਼ਿਪ ਦੇਣ ਵਾਲਾ ਦੇਸ਼ ਮੰਨਿਆ ਜਾਂਦਾ ਹੈ ਇਹ ਸਨ ਜੀ 10 ਸਭ ਤੋਂ ਜ਼ਿਆਦਾ ਔਖੀ ਸਿਟੀਜ਼ਨਸ਼ਿਪ ਦੇਣ ਵਾਲੇ ਦੇਸ਼ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣੀ ਸਾਡੇ ਫੇਸਬੁੱਕ ਪੇਜ ਜੋਟੀ ਵੀ ਜ਼ਰੂਰ ਫੋਲੋ ਕਰਨਾ ਧੰਨਵਾਦ